ਪੰਜਾਬ ਪੁਲਿਸ ਲੋਕਾਂ ਨੂੰ ਪੁਲਿਸ ਦੇ ਨਾਲ ਜੋੜਨ ਵਾਸਤੇ ਇੱਕ ਨਵਾਂ ਕਨਸੈਪਟ ਲੈ ਕੇ ਆਈ ਹੈ, ਉਹ ਕਿਹੜਾ ਕਨਸੈਪਟ ਹੈ? ਅਸੀਂ ਸਰ ਵਿਕਰਮਜੀਤ ਸਿੰਘ ਦੁੱਗਲ ਦੇ ਨਾਲ ਗੱਲ ਕਰਾਂਗੇ ਇਹਦੇ ਬਾਰੇ। ਸਰ ਇਹਦੇ ਬਾਰੇ ਕੁਝ ਦੱਸੋਗੇ ਕਿ ਪੰਜਾਬ ਪੁਲਿਸ ਜਿਹੜਾ ਨਵਾਂ ਕਨਸੈਪਟ ਲੈ ਕੇ ਆਈ ਹੈ, ਲੋਕਾਂ ਨੂੰ ਕਿਵੇਂ ਜੋੜਿਆ ਜਾ ਰਿਹਾ ਪੁਲਿਸ ਦੇ ਨਾਲ, ਵਨ ਕੋਪ ਵਨ ਵਿਲੇਜ ਵਾਲੀ ਜਿਹੜੀ ਸਕੀਮ ਹੈ, ਇਹਦੇ ਬਾਰੇ ਕੋਈ ਜਾਣਕਾਰੀ ਸਾਨੂੰ? ਹਾਂਜੀ, ਇਹ ਮਾਨਯੋਗ DGP ਸਾਹਿਬ ਦਾ ਜੋ ਪੰਜਾਬ ਪੁਲਿਸ ਪ੍ਰਤੀ ਜੋ ਇੱਕ ਉਪਰਾਲਾ ਹੈ, ਉਹਦੇ 'ਚ ਵਿਲੇਜ ਪੁਲਿਸ ਆਫਿਸਰ ਨਿਯੁਕਤ ਕਰਨ ਦਾ ਉਪਰਾਲਾ ਹੈ, ਜੋ ਕਿ ਪੂਰੇ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਤਾਂ ਮੋਰ ਦੈਨ 12,700 ਜਿਹੜੇ ਵਿਲੇਜਿਸ ਹੈ, ਉਹਨਾਂ ਨੂੰ ਹਰ ਇੱਕ ਥਾਣੇ ਨਾਲ, ਚੌਂਕੀ ਨਾਲ ਹੀ ਨਾ ਸਿਰਫ ਕਨੈਕਟ ਕਰਕੇ ਲੋਕਲ ਲੈਵਲ 'ਤੇ ਜ਼ੈਲ ਅਫਸਰ ਜਾਂ ਵਿਲੇਜ ਪੁਲਿਸ ਆਫਿਸਰ ਦੇ ਨਾਲ ਕੰਟੈਕਟ ਦੇ ਵਿੱਚ ਲਿਆਉਣ ਦਾ ਇੱਕ ਉਪਰਾਲਾ ਹੈ, ਜਿਹਦੇ ਨਾਲ ਕਿ ਇੱਕ ਪਾਸੇ ਲੋਕਾਂ ਦਾ ਵਿਸ਼ਵਾਸ ਪੁਲਿਸ ਡਿਪਾਰਟਮੈਂਟ 'ਤੇ ਵਧੂਗਾ, ਪੁਲਿਸ ਦੀ ਇਮੇਜ ਬੂਸਟ ਹੋਊਗੀ, ਉਹਦੇ ਨਾਲ ਨਾਲ ਜਿਹੜੇ ਲੋਕਲ ਲੈਵਲ ਫੰਕਸ਼ਨਰੀਜ਼ ਹੈ ਜਿਵੇਂ ਕਿ ਕਾਂਸਟੇਬਲਸ ਹੈ ਜਾਂ ਹੈੱਡ ਕਾਂਸਟੇਬਲਸ ਹੈ, ਉਹਨਾਂ ਦਾ ਵੀ ਮੋਰਾਲ ਬੂਸਟ ਹੋਊਗਾ, ਉਹ ਲੋਕਾਂ ਦੇ ਵਿੱਚ ਜਾ ਕੇ ਵਿਚਰਨਗੇ, ਚੰਗੇ ਮਾੜੇ ਬੰਦੇ ਦਾ ਪਿੰਡ ਦੇ ਵਿੱਚ ਪਤਾ ਕਰ ਸਕਣਗੇ ਅਤੇ ਕ੍ਰਾਈਮ ਨੂੰ ਵੀ ਨੱਥ ਪਾ ਸਕਣਗੇ। ਡਿਊਟੀ ਕਿਸ ਹਿਸਾਬ ਦੇ ਨਾਲ ਰਹੇਗੀ ਇਹਦੇ ਬਾਰੇ ਕੁਛ? ਇਹਦੇ ਵਿੱਚ ਅਸੀਂ ਕੈਟੇਗਰੀ ਡਿਫਾਈਨ ਕੀਤੀ ਹੈ, ਪਹਿਲਾਂ ਤਾਂ 3 ਤਰ੍ਹਾਂ ਦੀਆਂ ਕੈਟੇਗਰੀਜ਼ ਡਿਫਾਈਨ ਕੀਤੀਆਂ, ਏ ਬੀ ਅਤੇ ਸੀ, ਵਿਲੇਜਿਸ ਨੂੰ ਵੱਡੇ, ਛੋਟੇ ਜਾਂ ਮੀਡੀਅਮ ਕੈਟੇਗਰੀ ਦੇ ਵਿੱਚ ਡਿਫਾਈਨ ਕਰਕੇ, ਉਸ ਤੋਂ ਬਾਅਦ ਜਿਹੜੇ ਸਾਡੇ ਲੋਕਲ ਲੈਵਲ 'ਤੇ ਮੁਲਾਜ਼ਮ ਹੈ ਉਹਨਾਂ ਨੂੰ ਵੀ ਕੈਟੇਗਰਾਈਜ਼ ਕਰਕੇ ASI, ਹੈੱਡ ਕਾਂਸਟੇਬਲ ਅਤੇ ਕਾਂਸਟੇਬਲ, ਜਿਸ ਤਰ੍ਹਾਂ ਦਾ ਪਿੰਡ ਇਹਨਾਂ ਨੂੰ ਅਲੋਟ ਕੀਤਾ ਜਾਣਾ, ਕੈਟੇਗਰੀ ਵਾਈਜ਼ ਅਲੋਟ ਕਰਕੇ ਫਿਰ ਇਹਨਾਂ ਨੂੰ ਤਕਰੀਬਨ ਮਹੀਨਾ, ਡੇਢ ਮਹੀਨਾ ਜਿਹੜਾ ਪਿੰਡ ਦੇ ਵਿੱਚ ਵਿਚਰਨ ਦਾ ਮੌਕਾ ਮਿਲਣਾ, ਉਹ ਵਿਚਰਨ ਤੋਂ ਬਾਅਦ ਇਕੱਲੇ ਇਕੱਲੇ ਘਰ 'ਚ ਜਾਣ ਤੋਂ ਬਾਅਦ, ਡੋਰ ਟੂ ਡੋਰ ਆਪਣੀ ਕੈਂਪੇਨਿੰਗ ਕਰਨ ਤੋਂ ਬਾਅਦ, ਇੰਟਰੋਡਿਊਸ ਕਰਨ ਤੋਂ ਬਾਅਦ ਫਿਰ ਇਹਨਾਂ ਨੂੰ ਅਗਲਾ ਟਾਸਕ ਦਿੱਤਾ ਜਾਊਗਾ ਕਿ ਪਿੰਡ ਦੇ ਵਿੱਚ ਚੰਗੇ ਮਾੜੇ ਬੰਦੇ ਬਾਰੇ ਪਤਾ ਕਰਨਾ ਅਤੇ ਹੋਰ ਇਕੋਨਮਿਕ ਐਕਟੀਵਿਟੀਜ਼ ਬਾਰੇ ਪਤਾ ਕਰਨਾ, ਸੋਸ਼ਲ ਗਰੁੱਪਸ ਬਾਰੇ ਪਤਾ ਕਰਨਾ ਅਤੇ ਪਿੰਡ ਰਿਲੇਟਡ ਈਵਨ ਉਹਦੀ ਡੈਮੋਗ੍ਰਾਫੀ ਜਾਂ ਵੋਟਰਸ ਬਾਰੇ ਅਤੇ ਕ੍ਰਿਮੀਨਲ ਐਲੀਮੈਂਟਸ ਬਾਰੇ ਜਾਂ ਹੋਰ ਡਰੱਗ ਰਿਲੇਟਡ ਜੋ ਇਸ਼ੂਜ਼ ਹੈਗੇ ਹੈ ਜਾਂ ਪੰਜਾਬ ਪੁਲਿਸ ਦੇ ਦੀਆਂ ਜੋ ਪ੍ਰਾਇਰਿਟੀਜ਼ ਹੈਗੀਆਂ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੋ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਪੁਲਿਸ ਕੋਲ, ਉਸ ਨੂੰ ਗੈਦਰ ਕਰਨ ਬਾਰੇ ਇਹ ਉਪਰਾਲਾ ਹੈਗਾ ਜੀ। ਸਰ ਕਿੰਨੇ ਫਿਲਹਾਲ ਕੋਪ ਜਿਹੜੇ ਆ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਜਾਂ ਉਹਨਾਂ ਨੂੰ ਫੀਲਡ ਦੇ ਵਿੱਚ ਭੇਜ ਦਿੱਤਾ ਗਿਆ ਹੈ? ਜੇ ਅੰਮ੍ਰਿਤਸਰ ਦਿਹਾਤੀ ਡਿਸਟ੍ਰਿਕਟ ਦੀ ਜੇ ਮੈਂ ਗੱਲ ਕਰਾਂ ਤਾਂ ਇਹਦੇ ਵਿੱਚ 899 ਅਸੀਂ ਏਰੀਆਜ਼ ਡਿਲੀਨੀਏਟ ਕੀਤੇ ਹੈ ਜਿੱਥੇ ਕਿ ਅਸੀਂ ਵਿਲੇਜ ਪੁਲਿਸ ਆਫਿਸਰਸ ਲਗਾਏ ਆ, 806 ਪਿੰਡ ਹੈ, ਬਾਕੀ ਵਾਰਡਸ ਹੈਗੇ ਹੈ, ਕਈ ਪਿੰਡਾਂ ਦੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਪੰਚਾਇਤਾਂ ਵੀ ਹੈਗੀਆਂ, ਵੱਡੇ ਪਿੰਡ ਹੈਗੇ ਹੈ, ਉਸ ਹਿਸਾਬ ਨਾਲ ਇੱਕ ਪਿੰਡ ਦੇ ਵਿੱਚ 2 ਜਾਂ 2 ਤੋਂ ਵੱਧ ਵੀ ਅਸੀਂ ਵਿਲੇਜ ਪੁਲਿਸ ਆਫਿਸਰ ਜਾਂ VPOs ਲਗਾਏ ਹੈਗੇ ਹੈ। ਇਸ ਹਿਸਾਬ ਨਾਲ ਅਸੀਂ ਇਹਨਾਂ ਦੀ ਕੈਟੇਗਰਾਈਜੇਸ਼ਨ ਕਰਕੇ ਇਹਨਾਂ ਨੂੰ ਵਿਲੇਜ ਅਲੋਟ ਕੀਤੇ ਹੈ। ਹਾਂਜੀ ਸਰ, ਇਹ ਜਿਹੜੀ ਨਫਰੀ ਹੈ ਜਿਹੜੀ, ਇਹ ਜਿੱਦਾਂ ਪਹਿਲਾਂ ਹੀ ਕਿਹਾ ਜਾਂਦਾ ਹੈ ਕਿ ਥਾਣਿਆਂ ਦੇ ਵਿੱਚ ਪੁਲਿਸ ਪਹਿਲਾਂ ਹੀ ਬਹੁਤ ਘੱਟ ਹੁੰਦੀ ਆ, ਅਤੇ ਫਿਰ ਇਹ ਸਾਰੇ ਥਾਣਿਆਂ ਦੇ ਉੱਤੇ ਹੀ ਤੈਨਾਤ ਕੀਤੇ ਜਾ ਰਿਹਾ ਕੋਪਸ, ਜਾਂ ਕਿ ਕਿਤੇ ਬਾਹਰੋਂ ਵੀ ਇਹਨਾਂ ਨੂੰ ਜਿਹੜੇ ਹੋਰ ਫੀਲਡ ਦੇ ਵਿੱਚ ਵੀ ਉਹਨਾਂ ਤੋਂ ਵੀ ਤੈਨਾਤ ਕੀਤਾ ਜਾ ਰਿਹਾ? ਹਾਂਜੀ, ਮਾਨਯੋਗ DGP ਸਾਹਿਬ ਦਾ ਜੋ ਇਹ ਉਪਰਾਲਾ ਉਹਦੇ ਵਿੱਚ ਉਹਨਾਂ ਦਾ ਇਹ ਕੰਸੈਪਟ ਸੀਗਾ ਕਿ ਜਿਹੜੀ ਪੁਲਿਸ ਅਤੇ ਪਬਲਿਕ ਜਿਹੜੀ ਰੇਸ਼ੋ ਹੈ ਉਹ ਬੜੀ ਘੱਟ ਹੈਗੀ ਹੈ, ਇਸ ਕਰਕੇ ਥਾਣਿਆਂ ਦੀ ਨਫਰੀ ਨਾਲ ਇਹ ਸਾਰੇ ਵਿਲੇਜਿਸ ਕਵਰ ਨਹੀਂ ਹੋ ਸਕਦੇ ਸੀ, ਤਾਂ ਅਸੀਂ ਅਲੱਗ ਅਲੱਗ ਜਿਹੜੇ ਪੁਲਿਸ ਦੇ ਵਿੰਗਸ ਹੈਗੇ ਆ, ਭਾਵੇਂ PBI ਹੋਵੇ, ਭਾਵੇਂ ਕ੍ਰਾਈਮ ਅਗੇਂਸਟ ਵਿਮੈਨ ਦਾ ਵਿੰਗ ਹੋਵੇ ਜਾਂ ਹੋਰ ਸਪੈਸ਼ਲ ਬ੍ਰਾਂਚ ਹੋਵੇ, ਕਿਸੇ ਵੀ ਵਿੰਗ ਦੀ ਹੋ ਸਕਦੀ ਹੈ ਲੋਕਲ ਬ੍ਰਾਂਚਿਸ ਤੋਂ, ਉੱਥੋਂ ਅਸੀਂ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਅਪੁਆਇੰਟ ਕੀਤਾ ਹੈ ਕੰਸਰਨਡ ਵਿਲੇਜਿਸ 'ਚ। ਜੇ ਅੰਮ੍ਰਿਤਸਰ ਦਿਹਾਤੀ ਦੀ ਗੱਲ ਕਰੀਏ ਤਾਂ ਉੱਥੇ 899 ਵਿਲੇਜਿਸ ਸੀਗੇ ਜਾਂ ਪੰਚਾਇਤੀ ਸੀ ਜਾਂ ਵਾਰਡ ਸੀ ਜਿੱਥੇ ਅਸੀਂ VPOs ਅਲੋਟ ਕਰਨੇ ਸੀ, ਉੱਥੇ 450 ਦੇ ਕਰੀਬ ਅਸੀਂ ਥਾਣਿਆਂ ਤੋਂ ਅਲੋਟ ਕੀਤੇ ਹੈ ਮੁਲਾਜ਼ਮ, ਬਾਕੀ ਜਿਹੜੇ ਹੈ ਉਹ ਪੁਲਿਸ ਦੇ ਦੂਜੇ ਵਿੰਗਸ ਤੋਂ ਅਲੋਟ ਹੋਏ ਹੋਏ ਹੈ। ਇਹਦੇ ਨਾਲ ਇੱਕ ਫਾਇਦਾ ਇਹ ਹੈ ਕਿ SHO ਨੂੰ ਇਹ ਨਹੀਂ ਫੀਲ ਹੁੰਦਾ ਕਿ ਉਹਦੀ ਨਫਰੀ ਘੱਟ ਹੈ ਅਤੇ ਹਰ ਇੱਕ ਪਿੰਡ ਦੇ ਵਿੱਚ ਉਹ ਆਪਣਾ ਮੁਲਾਜ਼ਮ ਨਹੀਂ ਭੇਜ ਸਕਦਾ, ਅਸੀਂ ਡਿਸਟ੍ਰਿਕਟ ਹੈੱਡਕੁਆਰਟਰ ਤੋਂ ਉਹ ਮੁਲਾਜ਼ਮ
ਉੱਤੇ ਭੇਜ ਕੇ ਉਹ ਨਫ਼ਰੀ ਦੀ ਪੂਰਤੀ ਕਰਦੇ ਹਾਂ। ਥੈਂਕ ਯੂ। ਇਹ ਸਨ ਸਾਡੇ ਨਾਲ SSP ਅੰਮ੍ਰਿਤਸਰ ਰੂਲਰ ਵਿਕਰਮਜੀਤ ਸਿੰਘ ਦੁੱਗਲ ਜੀ। ਤੇ ਹੁਣ ਅਸੀਂ ਵਨ ਕੌਪ ਵਨ ਕਨਸੈਪਟ ਦੇ ਨਾਲ ਜਿਹੜਾ ਇਹਨਾਂ ਦਾ ਇਨੀਸ਼ੀਏਟਿਵ ਲਿਆ ਗਿਆ ਆ ਉਹਦੇ ਵਿੱਚ ਜਿਹੜੇ ਕੌਪ ਕੰਮ ਕਰ ਰਹੇ ਆ, ਜਤਿੰਦਰ ਸਿੰਘ ਜੀ ਨੇ ਸਾਡੇ ਨਾਲ, ਇਹ ਪਿੰਡ ਮੁੱਛਲ ਦੇ ਵਿੱਚ ਕੰਮ ਕਰ ਰਹੇ ਆ, ਇਹਨਾਂ ਦੇ ਨਾਲ ਗੱਲ ਕਰਾਂਗੇ ਉਹ ਕਿਵੇਂ ਕੰਮ ਕਰ ਰਹੇ ਆ ਤੇ ਕਿਵੇਂ ਉਹਨਾਂ ਨੂੰ ਲੱਗ ਰਿਹਾ ਹੈ। ਜਤਿੰਦਰ ਜੀ, ਕਿਵੇਂ ਤੁਸੀਂ ਇਹ ਜਿਹੜਾ ਵਨ ਕੌਪ ਵਨ ਵਿਲੇਜ ਦਾ ਕਨਸੈਪਟ ਹੈ ਇਹਦੇ ਵਿੱਚ ਕਿਵੇਂ ਕੰਮ ਕਰ ਰਹੇ ਹੋ? ਮੈਨੂੰ ਜੀ ਬਹੁਤ ਵਧੀਆ ਲੱਗ ਰਿਹਾ ਵਾ। ਮੈਨੂੰ ਤੇ ਮੇਰੀ ਜਿਸ ਤਰ੍ਹਾਂ 8 ਜਾਂ 9 ਸਾਲ ਦੀ ਸਰਵਿਸ ਹੋਈ ਹੈ, ਮੈਨੂੰ ਪਹਿਲੀ ਵਾਰ ਲੱਗ ਰਿਹਾ ਕਿ ਮੈਂ ਕੁਝ ਆਪਣੇ ਲੋਕਾਂ ਵਾਸਤੇ, ਆਪਣੇ ਦੇਸ਼ ਵਾਸਤੇ ਕੁਝ ਵਧੀਆ ਕਰਨ ਜਾ ਰਿਹਾ। ਮੇਰੀ ਆਤਮਾ ਨੂੰ ਬਹੁਤ ਸ਼ਾਂਤੀ ਮਿਲੀ ਹੈ ਕਿ ਮੈਂ ਕੁਝ ਵਧੀਆ ਕੁਝ ਕਰਾਂਗਾ ਤੇ ਕੁਝ ਕਰਕੇ ਵਿਖਾਵਾਂਗਾ ਆਪਣੇ। ਲੋਕਾਂ ਦੇ ਨਾਲ ਕਿਵੇਂ ਡੀਲ ਕਰ ਰਹੇ ਹੋ ਤੁਸੀਂ ਜਦੋਂ ਘਰ ਘਰ ਦੇ ਵਿੱਚ ਜਾਣਾ ਪੈਂਦਾ ਹੈ ਤੁਹਾਨੂੰ, ਜਾਂ ਸਰਪੰਚ ਨੂੰ ਜਾ ਕੇ ਮਿਲਦੇ ਹੋ, ਜਾਂ ਕਿਵੇਂ ਤੁਸੀਂ ਇਹ ਪੂਰਾ ਕਨਸੈਪਟ ਜਿਹੜਾ ਹੈਗਾ ਹੈ ਉਹਨੂੰ ਕਿਵੇਂ ਫੋਲੋ ਕਰ ਰਹੇ ਹੋ? ਵੇਖੋ ਜੀ, ਜਿਹੜੇ ਵਿਲੇਜ ਅਫਸਰ ਆ, ਅਸੀਂ ਸਾਰੇ ਅਸੀਂ ਘਰ ਘਰ ਵਿੱਚ ਜਾ ਕੇ ਇਕੱਲੇ ਇਕੱਲੇ ਮੈਂਬਰ ਨੂੰ ਉਹਨਾਂ ਦਾ ਹਾਲ ਚਾਲ ਜਾਣਦੇ ਹਾਂ, ਬਜ਼ੁਰਗ ਨੂੰ ਕੀ ਪ੍ਰੋਬਲਮ ਆ, ਜਵਾਨ ਨੂੰ ਕੀ ਪ੍ਰੋਬਲਮ ਆ, ਬੱਚੇ ਨੂੰ ਕੀ ਪ੍ਰੋਬਲਮ ਆ, ਹਰ ਇੱਕ ਦੇ ਆਪ ਆਪਣੇ ਵਿਊ ਲੈ ਰਹੇ ਹਾਂ ਅਤੇ ਉਸ ਹਿਸਾਬ ਨਾਲ ਉਹਨਾਂ ਦਾ ਅਸੀਂ ਨੋਟ ਕਰ ਰਹੇ ਹਾਂ ਅਤੇ ਉਹਦਾ ਹੱਲ ਵੀ ਕਰ ਰਹੇ ਹਾਂ। ਕਦੀ ਇੱਦਾਂ ਦੱਸਦਾ ਹੈ ਕੋਈ ਪਿੰਡ ਦੇ ਵਿੱਚ ਕਿ ਹਾਂ ਫਲਾਨਾ ਮੁੰਡਾ ਆ ਜਿਹੜਾ ਉਹ ਨਸ਼ੇ ਕਰਦਾ ਆ ਜਾਂ ਨਸ਼ੇ ਸਪਲਾਈ ਕਰ ਰਿਹਾ ਆ ਜਾਂ ਇਹਦੀਆਂ ਆਦਤਾਂ ਸਹੀ ਨਹੀਂ ਹੈਗੀਆਂ, ਇੱਦਾਂ ਦੀਆਂ ਕੰਪਲੇਂਟਸ ਵੀ ਮਿਲਣ ਨੂੰ ਆ ਰਹੀਆਂ ਤੁਹਾਨੂੰ? ਬਿਲਕੁਲ ਸਰ, ਇੱਦਾਂ ਦਾ ਵੀ ਸਾਨੂੰ ਕਾਫੀ ਲੋਕਾਂ ਨੇ ਦੱਸਿਆ ਕਿ ਮਤਲਬ ਇਹ ਨਸ਼ੇ ਕਰਨ ਦਾ ਕਾਰਨ ਕੀ ਆ। ਜਿਸ ਤਰ੍ਹਾਂ ਕੋਈ ਮਜ਼ਦੂਰ ਨੇ ਉਹ ਕੰਮ ਜਾਣ ਤੋਂ ਪਹਿਲਾਂ ਡੋਜ਼ ਲੈਣਾ ਪਸੰਦ ਕਰਦੇ ਆ ਕਿ ਫਿਰ ਅਸੀਂ ਵਧੀਆ ਤਰੀਕੇ ਨਾਲ ਹੀ ਆਪਣਾ ਜਿਹੜਾ ਕੰਮ ਕਰ ਸਕਦੇ। ਉਹਨਾਂ ਲੋਕਾਂ ਨੂੰ ਦੱਸਿਆ ਜਾ ਰਿਹਾ ਕਿ ਮਤਲਬ ਅਸੀਂ ਇਹਨਾਂ ਨਾਲ ਇਹਨਾਂ ਦੇ ਦੋਸਤ ਬਣ ਕੇ ਇਹਨਾਂ ਨੂੰ ਇਸ ਕੰਮ ਤੋਂ ਰੋਕਿਆ ਜਾ ਸਕਦਾ, ਰੋਕਿਆ ਜਾ ਸਕਦਾ ਹੈ, ਉਹਨਾਂ ਦਾ ਮਨ ਚੇਂਜ ਕੀਤਾ ਜਾ ਸਕਦਾ। ਉਹਨਾਂ ਨੂੰ ਆਪਾਂ ਇਹ ਨਹੀਂ ਕਹਿਣਾ ਕਿ ਇਹ ਅਮਲੀ ਆ, ਨਸ਼ੇੜੀ ਆ, ਇੱਦਾਂ ਕਹਿ ਕੇ ਉਹਨਾਂ ਦੇ ਵਿੱਚ ਅਸੀਂ ਨਫ਼ਰਤ ਨਾ ਪੈਦਾ ਕਰੀਏ, ਸਗੋਂ ਉਹਨਾਂ ਨੂੰ ਪਿਆਰ ਨਾਲ ਉਹਨਾਂ ਦਾ ਇਲਾਜ ਕਰਾਉਣ ਵਾਲੇ ਪਾਸੇ ਉਹਨਾਂ ਨੂੰ ਤੋਰਿਆ ਜਾ ਸਕਦਾ। ਤੁਸੀਂ ਹਰ ਦਿਨ ਪਿੰਡ ਦੇ ਵਿੱਚ ਵਿਜ਼ਿਟ ਕਰਦੇ ਹੋ ਜਾਂ ਥੋੜੇ ਥੋੜੇ ਦਿਨਾਂ ਬਾਅਦ ਤੁਸੀਂ ਜਾਂਦੇ ਹੋ? ਦੇਖੋ ਸਰ, ਸਾਨੂੰ ਹਫ਼ਤੇ ਵਿੱਚ ਇੱਕ ਵਾਰ ਜਾਣ ਦਾ ਸਾਨੂੰ ਹੁਕਮ ਹੋਇਆ ਵਾ ਸਾਡੇ ਸੀਨੀਅਰ ਅਫਸਰ ਵੱਲੋਂ, ਅਤੇ ਹਫ਼ਤੇ ਵਿੱਚ ਇੱਕ ਵਾਰ ਜਾ ਕੇ ਤੁਸੀਂ ਵਿਜ਼ਿਟ ਕਰਨਾ ਵਾ ਅਤੇ ਲੋਕਾਂ ਦੇ ਜੋ ਵੀ ਹਾਲ ਚਾਲ ਉਹਨਾਂ ਦਾ ਜਾਣਨਾ। ਠੀਕ ਹੈ ਜੀ, ਇਹ ਸਨ ਸਾਡੇ ਨਾਲ ਜਤਿੰਦਰ ਜੀ ਜੋ ਪਿੰਡ ਮੁੱਛਲ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਵਨ ਕੌਪ ਵਨ ਵਿਲੇਜ ਦੇ ਤਹਿਤ, ਅਤੇ ਇਹ ਪੰਜਾਬ ਪੁਲਿਸ ਦੇ ਜੋ ਨਵਾਂ ਇਨੀਸ਼ੀਏਟਿਵ ਆ ਉਹਦੇ ਵਿੱਚ ਆਪਣਾ ਜਿਹੜਾ ਮਹੱਤਵਪੂਰਨ ਯੋਗਦਾਨ ਪਾ ਰਹੇ ਨੇ।